ਇਕੱਠ ਜਿਹੜਾ ਹੈਗਾ ਉਹ ਜਾਗਦੇ ਜ਼ਮੀਰ ਵਾਲਿਆਂ ਦਾ ਹੋ ਰਿਹਾ। ਭਗਵੰਤ ਮਾਨ ਉਮੀਦ ਵੀ ਆ, ਭਗਵੰਤ ਮਾਨ ਸਾਡਾ ਸਹਾਰਾ ਵੀ ਆ। ਜਿਹੜੇ ਜਾਗਦੀ ਜ਼ਮੀਰ ਵਾਲੇ ਪੰਜਾਬੀ ਆ ਉਹ ਬਿਲਕੁਲ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਵੋਟ ਪਾਉਣਗੇ। ਦੇਖੋ ਜੀ, ਗੁਰਮੀਤ ਸਿੰਘ ਖੁੱਡੀਆਂ ਇਮਾਨਦਾਰ ਸ਼ਖਸੀਅਤ ਨੇ, ਪੰਜਾਬ ਦੇ ਲੋਕ ਆ ਉਹ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਬਹੁਤ ਸਤਿਕਾਰ ਦੇ ਰਹੇ ਨੇ। ਨਵੀਂ ਪਾਰਟੀ ਆ, ਨਵੀਂ ਸੋਚ ਆ, 13 ਸੀਟਾਂ ਪੰਜਾਬ ਦੇ ਵਿੱਚ ਜਿੱਤਣ ਜਾ ਰਹੀਆਂ। ਅਕਾਲੀ ਦਲ ਦੀ ਸਰਕਾਰ ਰਹੀ ਹੈ 10 ਸਾਲ, ਕਾਂਗਰਸ ਦੀ ਸਰਕਾਰ ਰਹੀ ਹੈ, ਇਹਨਾਂ ਨੇ ਇੱਕ ਵੀ ਟੋਲ ਪਲਾਜ਼ਾ ਬੰਦ ਕੀਤਾ ਹੋਵੇ। ਟੋਲ ਪਲਾਜ਼ੇ ਬੰਦ ਕਰਾਏ ਆ ਜਿਸ ਤੋਂ ਸਾਰੇ ਪੰਜਾਬੀ ਭਰਪੂਰ ਖੁਸ਼ ਆ। ਅਸੀਂ ਮੁਕਾਬਲਾ ਕਿਸੇ ਨਾਲ ਨਹੀਂ ਮੰਨਦੇ। 13-0 ਦਾ ਮਾਹੌਲ ਪੂਰੇ ਪੰਜਾਬ 'ਚ ਬਣਿਆ ਹੋਇਆ। ਜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਤਾਂ ਗਰਾਊਂਡ 'ਚ ਲੈ ਕੇ ਜਾਣਾ ਪਊ। ਬਿਲਕੁਲ ਜੀ ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਚਰਚ ਚੈਨਲ 'ਤੇ 2 ਮਿੰਟ ਦੇਣ ਲਈ। ਭੁੱਲਰ ਸਾਹਿਬ, ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਗੱਲ ਇਸ ਲਈ ਵੀ ਚੱਲ ਰਹੀ ਆ ਕਿ ਭਵਿੱਖ ਦੀ ਉਮੀਦ ਆ ਭਗਵੰਤ ਮਾਨ, ਅਤੇ ਅੱਜ ਇਕੱਠ ਜਿਹੜਾ ਹੈਗਾ ਉਹ ਜਾਗਦੇ ਜ਼ਮੀਰ ਵਾਲਿਆਂ ਦਾ ਹੋ ਰਿਹਾ ਕਿ ਬਠਿੰਡੇ ਨੂੰ ਲਗਭਗ 200 ਕਰੋੜ ਦੇ ਕਰੀਬ ਪੈਸਾ ਜਿਹੜਾ ਹੈਗਾ ਉਹ ਮੁਹੱਈਆ ਕਰਾਇਆ ਗਿਆ, ਅਤੇ ਇੱਥੇ ਸਭ ਤੋਂ ਉੱਚੀ ਸੁੱਚੀ ਸ਼ਖਸੀਅਤ ਮੇਰੇ ਕਹਿਣ ਤੋਂ ਭਾਵ ਗੁਰਮੀਤ ਸਿੰਘ ਖੁੱਡੀਆਂ, ਉਸ ਪਰਿਵਾਰ ਦਾ ਦੇਣਾ ਜਿਹੜਾ ਹੈਗਾ ਪੰਜਾਬ ਨਹੀਂ ਦੇ ਸਕਦਾ, ਸਾਡਾ ਇਲਾਕਾ ਨਹੀਂ ਦੇਣਾ ਦੇ ਸਕਦਾ, ਕਿਉਂਕਿ ਗੁਰਮੀਤ ਸਿੰਘ ਖੁੱਡੀਆਂ ਸਾਰੀ ਉਮਰ ਆਪਦੇ ਖੁੱਡੀਆਂ ਪਰਿਵਾਰ ਦੇ ਵਿੱਚੋਂ ਜੋ ਸਰਦਾਰ ਖੁੱਡੀਆਂ ਨੇ, ਵੱਡੇ ਖੁੱਡੀਆਂ ਸਾਹਿਬ ਨੇ ਇੱਕ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਸੀ, ਉਹ 'ਤੇ ਪਹਿਰਾ ਦਿੱਤਾ, ਪਰਿਵਾਰ ਨੇ ਪਹਿਰਾ ਦਿੱਤਾ, ਅਤੇ ਲੋਕ ਸਭਾ ਹਲਕੇ ਦੇ ਵਿੱਚ ਸਭ ਤੋਂ ਵਧੀਆ ਉਮੀਦਵਾਰ ਜੇਕਰ ਹੈਗਾ ਉਹ ਸਾਡੇ ਗੁਰਮੀਤ ਸਿੰਘ ਖੁੱਡੀਆਂ ਨੇ। ਅਤੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਇਹ ਜਿਹੜੀ ਬਠਿੰਡੇ ਦੀ ਗੱਲ ਚੱਲਦੀ ਹੈ ਜਦੋਂ, ਤਾਂ ਬਠਿੰਡੇ ਦੇ ਵਿੱਚ ਸਾਡਾ ਨੇਤਾ ਜਿਹੜਾ ਹੈਗਾ ਉਹ ਗੁਰਮੀਤ ਸਿੰਘ ਖੁੱਡੀਆਂ ਜਦੋਂ ਲੋਕ ਸਭਾ ਦੇ ਵਿੱਚ ਜਾ ਕੇ ਬੋਲਿਆ ਤਾਂ ਸਾਡੇ ਕਿਸਾਨਾਂ ਨੂੰ ਵੀ ਜਿਹੜਾ ਹੈਗਾ ਉਹ ਹੱਕ ਮਿਲੂਗਾ, ਸਾਡੇ ਮਜ਼ਦੂਰਾਂ ਨੂੰ ਵੀ ਹੱਕ ਮਿਲੂਗਾ, ਸਾਡੇ ਵਪਾਰੀ ਭਰਾਵਾਂ ਨੂੰ ਵੀ ਹੱਕ ਮਿਲੂਗਾ, ਅਤੇ ਸਾਡੇ ਬਠਿੰਡਾ ਲੋਕ ਸਭਾ ਹਲਕੇ ਦਾ ਕੱਦ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਐਡਾ ਉੱਚਾ ਹੋਵੇ, ਇੰਨੀ ਕੁ ਵੋਟ ਨਾਲ, ਐਡੀ ਲੰਬੀ ਲੀਡ, ਵੱਡੀ ਲੀਡ ਨਾਲ ਖੁੱਡੀਆਂ ਸਾਹਿਬ ਜਿੱਤਣ, ਤਾਂ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਲੋਕ ਸਭਾ ਹਲਕਾ ਬਠਿੰਡਾ ਨੂੰ ਹੋਰ ਵੱਡੇ ਖੁੱਲ੍ਹੇ ਗੱਫੇ ਦੇਵੇ, ਅਤੇ ਸਾਡਾ ਇਲਾਕਾ ਜਿਹੜਾ ਹੈਗਾ ਇਹ ਬਹੁਤ ਉੱਚੀਆਂ ਤਰੱਕੀਆਂ ਕਰੇ, ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮਿਲੇ, ਸਿਹਤ ਸਹੂਲਤਾਂ ਮਿਲਣ, ਬੱਚਿਆਂ ਨੂੰ ਸਿੱਖਿਆ ਸਹੂਲਤਾਂ ਮਿਲਣ। ਇਸ ਲਈ ਪੰਜਾਬ ਦੇ ਵਿੱਚ ਭਗਵੰਤ ਮਾਨ ਉਮੀਦ ਆ, ਭਗਵੰਤ ਮਾਨ ਉਮੀਦ ਵੀ ਆ, ਭਗਵੰਤ ਮਾਨ ਸਾਡਾ ਸਹਾਰਾ ਵੀ ਆ, ਅਤੇ ਭਗਵੰਤ ਮਾਨ ਨੇ ਜੋ ਕੈਂਡੀਡੇਟ ਸਾਨੂੰ ਦਿੱਤਾ ਗੁਰਮੀਤ ਸਿੰਘ ਖੁੱਡੀਆਂ, ਅਸੀਂ ਫੁੱਲ ਚੜਾਵਾਂਗੇ, ਪੂਰੀ ਸਪੋਰਟ ਕਰਾਂਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਲਈ ਇਕੱਲਾ ਇਕੱਲਾ ਪਰਿਵਾਰ ਜ਼ਮੀਰ 'ਤੇ ਆਧਾਰਿਤ ਵੋਟ ਪਾਏਗਾ, ਕਿਉਂਕਿ ਬਿਜਲੀ ਜਦੋਂ ਬਿਜਲੀ ਦੇ ਵੱਡੇ ਵੱਡੇ ਬਿੱਲ ਆਉਂਦੇ ਆ, ਗਰੀਬ ਪਰਿਵਾਰ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਹੋਏ ਮਸਾਂ ਪੈਸੇ ਇਕੱਠੇ ਕਰਕੇ ਬਿੱਲ ਭਰਦੇ ਆ, ਅਤੇ ਅੱਜ ਉਹੀ ਪਰਿਵਾਰ ਜਿਹੜਾ ਬਿਜਲੀ ਤੋਂ ਪੈਸਾ ਬਚਦਾ ਆਪਦੇ ਬੱਚਿਆਂ ਦੀ ਸਿੱਖਿਆ 'ਤੇ ਲਾ ਰਿਹਾ, ਆਪਣੇ ਪਰਿਵਾਰ ਦੇ ਵਿੱਚ ਇੱਕ ਬਿੱਲ ਘੱਟ ਗਿਆ ਗਰੀਬ ਦਾ, ਉਹਦਾ ਬਹੁਤ ਵੱਡਾ ਫਾਇਦਾ ਹੋਇਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗਰੀਬ ਪਰਿਵਾਰ ਜਿਹੜੇ ਹੈਗੇ ਆ, ਲੋੜਵੰਦ ਪਰਿਵਾਰ ਜਿਹੜੇ ਹੈਗੇ ਆ, ਸਰਕਾਰ ਉਹਨਾਂ ਦਾ ਵੀ ਧਿਆਨ ਰੱਖੂਗੀ। ਲੋੜ ਹੈਗੀ ਆ ਭਗਵੰਤ ਮਾਨ ਦੇ ਸੰਸਦ ਦੇ ਵਿੱਚ, ਦਿੱਲੀ ਦੇ ਵਿੱਚ ਹੱਥ ਮਜ਼ਬੂਤ ਕਰਨ ਦੀ, ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਧ ਤੋਂ ਵੱਧ ਲੀਡ ਨਾਲ ਜੇਕਰ ਅਸੀਂ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਵਾਂਗੇ।
ਕਰਾਵਾਂਗੇ ਤਾਂ ਇਹ ਸਾਡੇ ਬੱਚਿਆਂ ਦੇ ਭਵਿੱਖ ਲਈ, ਸਾਡੇ ਬਜ਼ੁਰਗਾਂ ਲਈ, ਸਾਡੇ ਮਜ਼ਦੂਰਾਂ ਲਈ, ਕਾਮਿਆਂ ਲਈ ਬਹੁਤ ਲਾਹੇਵੰਦ ਹੋਊਗਾ। ਇਹਨਾਂ ਦਾ ਸਾਥ ਦੇਣਾ ਚਾਹੀਦਾ। 13-0 ਵਾਲੀ ਜਿਹੜੀ ਗੱਲ ਚੱਲਦੀ ਆ, ਇਹ ਜਿਹੜੇ ਜਾਗਦੀ ਜ਼ਮੀਰ ਵਾਲੇ ਪੰਜਾਬੀ ਆ ਉਹ ਬਿਲਕੁਲ ਆਮ ਆਦਮੀ ਪਾਰਟੀ ਨੂੰ ਜਿਹੜੀ ਆ ਵੋਟ ਪਾਉਣਗੇ, ਅਤੇ ਜਾਗਦੀ ਜ਼ਮੀਰ ਕਰਕੇ ਸਾਡਾ ਪੰਜਾਬ ਇੱਕ ਵਾਰ ਫਿਰ ਰੰਗਲਾ ਪੰਜਾਬ ਬਣੂਗਾ। ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ, ਭਗਵੰਤ ਸਿੰਘ ਮਾਨ, ਭਗਵੰਤ ਸਿੰਘ ਮਾਨ, ਭਗਵੰਤ ਸਿੰਘ ਮਾਨ, ਗੁਰਮੀਤ ਸਿੰਘ ਖੁੱਟੀਆਂ, ਗੁਰਮੀਤ ਸਿੰਘ ਖੁੱਟੀਆਂ, ਜਗਰੂਪ ਸਿੰਘ ਗਿੱਲ, ਆਮ ਆਦਮੀ ਪਾਰਟੀ। ਪੁੱਲਰ ਸਾਹਿਬ ਬਹੁਤ ਬਹੁਤ ਧੰਨਵਾਦ। ਜਿਹੜੇ ਹਿਸਾਬ ਨਾਲ ਮਾਨ ਸਾਹਿਬ ਲੋਕਾਂ ਦੀ ਗੱਲ ਰੱਖ ਰਹੇ ਨੇ ਸੰਸਥਾ ਵਿੱਚ, ਕਿ ਗੁਰਮੀਤ ਸਿੰਘ ਖੁੱਟੀਆਂ ਵੀ ਆਈ ਰੱਖਣ? ਬਿਲਕੁਲ ਜੀ, ਗੁਰਮੀਤ ਸਿੰਘ ਖੁੱਟੀਆਂ ਇਮਾਨਦਾਰ ਸ਼ਖਸੀਅਤ ਨੇ। ਗੁਰਮੀਤ ਸਿੰਘ ਖੁੱਟੀਆਂ ਜਿਹੜੇ ਆ ਗਰਾਸ ਰੂਟ ਲੈਵਲ ਤੋਂ ਉੱਠੇ ਹੋਏ ਸ਼ਖਸ ਨੇ। ਇੱਕ ਆਮ ਪਰਿਵਾਰ ਦਾ ਦੁੱਖ ਸਮਝਦੇ ਆ, ਆਮ ਨਾਗਰਿਕ ਦਾ ਦੁੱਖ ਸਮਝਦੇ ਆ, ਕਿਸਾਨੀ ਪਰਿਵਾਰ ਦੇ ਵਿੱਚੋਂ ਆ, ਕਿਸਾਨਾਂ ਦਾ ਦੁੱਖ ਸਮਝਦੇ ਆ, ਅਤੇ ਕਿਸਾਨਾਂ ਦੀ ਜੇਕਰ ਸੰਸਦ ਦੇ ਵਿੱਚ ਆਵਾਜ਼ ਬੁਲੰਦ ਕਰੇਗਾ ਕੋਈ ਤਾਂ ਮਾਣ ਦੀ ਗੱਲ ਹੋਏਗੀ। ਸਾਡੇ ਲੋਕ ਸਭਾ ਹਲਕਾ ਬਠਿੰਡੇ ਦਾ ਕੈਂਡੀਡੇਟ ਗੁਰਮੀਤ ਸਿੰਘ ਖੁੱਟੀਆਂ ਆਵਾਜ਼ ਬੁਲੰਦ ਕਰੇਗਾ। ਸਾਨੂੰ 100% ਉਹਨਾਂ 'ਤੇ ਯਕੀਨ ਆ, ਪੂਰਨ ਭਰੋਸਾ। ਉਹ ਵਪਾਰੀਆਂ ਦੀ, ਮਜ਼ਦੂਰਾਂ ਦੀ, ਕਿਸਾਨਾਂ ਦੀ ਗੱਲ ਕਰੇਗਾ। ਭਵਿੱਖ ਦੇ ਵਿੱਚ ਖੁੱਟੀਆਂ ਸਾਹਿਬ ਜਿਹੜੇ ਹੈਗੇ ਆ ਉਹ ਸੰਸਦ ਦੇ ਵਿੱਚ ਪਹੁੰਚਣੇ ਚਾਹੀਦੇ ਆ, ਇਹੋ ਉਮੀਦ। ਦੱਸਿਆ ਵੀ ਸਰਦਾਰ ਗੁਰਮੀਤ ਸਿੰਘ ਖੁੱਟੀਆਂ ਸੰਸਥਾ ਦੇ ਵਿੱਚ ਜਾ ਕੇ ਲੋਕਾਂ ਦੀ ਗੱਲ ਕਰ ਰਹੇ ਨੇ, ਬਠਿੰਡਾ ਤੋਂ ਜਗਸੀਰਪੁਰ ਦੇ ਚੜ੍ਹਦੀ ਕਲਾ ਕੈਂਟੀ ਵੀ ਪੰਚ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਖੁੱਟੀਆਂ ਦੇ ਹੱਕ ਵਿੱਚ ਅੱਜ CM ਮਾਨ ਰੋਡ ਸ਼ੋਅ ਕਰ ਰਹੇ ਨੇ। ਉਸ ਤਰ੍ਹਾਂ ਵਰਕਰ ਜੋ ਆਮ ਆਦਮੀ ਪਾਰਟੀ ਡਿੱਠਦੇ ਨੇ, ਮੇਰਾ ਨਾਮ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਰਣਜੀਤ ਸਿੰਘ ਮਠਾੜੂ, ਬੈਸਟ ਰੈਜੀਡੈਂਟ ਪੰਜਾਬ, ਐਕਸ ਇੰਪਲਾਈ ਵਿੰਗ ਪੰਜਾਬ। ਸੋ ਅੱਜ ਦਾ ਜੋ ਇਹ ਰੋਡ ਸ਼ੋਅ ਭਗਵੰਤ ਮਾਨ ਜੀ ਕਰ ਰਹੇ ਹੈ, ਇਹ ਜੋ ਸਾਡੇ ਲੋਕ ਸਭਾ ਤੋਂ ਉਮੀਦਵਾਰ ਹੈ ਜਥੇਦਾਰ ਗੁਰਮੀਤ ਸਿੰਘ ਜੀ ਖੁੱਟੀਆਂ, ਉਹਨਾਂ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਵਾਸਤੇ ਜੋ ਇਹ ਰੋਡ ਸ਼ੋਅ ਹੋ ਰਿਹਾ। ਦੇਖੋ ਜੀ, ਜੋ ਸਾਡੀ ਸਰਕਾਰ ਦੇ 2 ਸਾਲ ਦੇ ਕੰਮ ਹੈ, ਮਹੱਲਾ ਕਲੀਨਿੰਗ ਹੈ, ਐਮੀਨੈਸ ਸਕੂਲ ਹੈ, ਸ਼ਹੀਦਾਂ ਨੂੰ ਕਰੋੜ ਰੁਪਏ ਦਿੱਤਾ ਹੋਇਆ ਗਾ, ਸਾਡੀਆਂ ਭੈਣਾਂ ਵਾਸਤੇ ਜੋ ਗਰੰਟੀ 1000 ਰੁਪਏ ਵਾਲੀ, ਉਹ ਵੀ ਮਾਨ ਸਾਹਿਬ ਨੇ ਕਿਹਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਕਰਾਂਗੇ। ਸੋ ਜਿਹੜੀਆਂ ਗਰੰਟੀਆਂ ਸਾਡੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਉਹ ਲਗਭਗ 50% ਪੂਰੀਆਂ ਕੀਤੀਆਂ ਜਾ ਚੁੱਕੀਆਂ। ਉਹਨਾਂ ਦੇ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ 'ਤੇ ਜਿਹੜੀ ਅਸੀਂ ਅੱਜ ਵੋਟ ਮੰਗ ਰਹੇ ਹਾਂ, ਅਤੇ ਜਥੇਦਾਰ ਖੁੱਟੀਆਂ ਬਿੰਡਾ ਸੀਟ ਬਹੁਤ ਹੀ ਸ਼ਾਨਦਾਰ ਲੀਡ ਦੇ ਨਾਲ ਜਿੱਤਣਗੇ। ਭਾਈ ਜੀ, ਕਿਵੇਂ ਦੇਖਦੇ ਹੋ ਤੁਸੀਂ ਜਿਵੇਂ 2 ਸਾਲ ਦਾ ਕਾਰਜਕਾਲ ਆ ਸਰਕਾਰ ਦਾ, ਭਗਵੰਤ ਮਾਨ ਸਰਕਾਰ ਦਾ, 43,000 ਨੌਕਰੀਆਂ, ਉਹ ਵੀ ਆਮ ਘਰਾਂ ਦੇ ਬੱਚਿਆਂ ਨੂੰ, ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇਤਿਹਾਸਕ ਵਾ ਹੈ ਕਿ ਤਕੜੇ ਘਰਾਂ ਦੇ ਬੱਚੇ ਹੁੰਦੇ ਸੀ, ਪੈਸੇ ਵਾਲੇ ਲੋਕ ਹੁੰਦੇ ਸੀ, ਉਹਨਾਂ ਦੇ ਬੱਚੇ ਨੌਕਰੀਆਂ 'ਤੇ ਲੱਗ ਜਾਂਦੇ ਸੀ, ਭਾਵੇਂ ਮਾੜੇ ਜਵਾਕ ਕੋਲ ਭਾਵੇਂ ਯੋਗਤਾ ਹੁੰਦੀ ਸੀ, ਉਹ ਬੱਚੇ ਪੈਸੇ ਦੀ ਤਰ੍ਹਾਂ ਰਹਿ ਜਾਂਦੇ ਸੀ। ਪਰ ਇਸ ਸਰਕਾਰ ਨੇ ਜੋ ਨੌਕਰੀਆਂ 'ਤੇ 43,000 ਨੌਕਰੀਆਂ 'ਤੇ ਬਿਨਾਂ ਕਿਸੇ ਰਿਸ਼ਵਤ ਤੋਂ ਆਮ ਘਰਾਂ ਦੇ ਜਵਾਕਾਂ ਨੂੰ ਨੌਕਰੀਆਂ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਨੇ, ਕਿਸਾਨਾਂ ਨੂੰ ਨਿਰਵਿਘਨ ਬਿਜਲੀ ਜਿਹੜੀ ਦਿੱਤੀ ਆ ਕਿਸਾਨਾਂ ਨੂੰ 2 ਵੀਲਰਾਂ ਦੀ, ਉਹ ਪੂਰੀ 12-13 ਘੰਟੇ ਲਾਈਟ ਵੀ ਕਿਸਾਨਾਂ ਨੂੰ ਮਿਲਦੀ ਰਹੀ ਹੈ, 600 ਯੂਨਿਟ ਹੈ ਜਿਹੜੀ ਉਹ ਮਾਫ ਕੀਤੀ ਗਈ, ਹਰੇਕ ਨੂੰ ਇਹਦੇ ਵਿੱਚ ਬਹੁਤ ਵੱਡਾ ਫਾਇਦਾ ਹੋਇਆ ਹੈ। ਜਿਹੜੀ ਪੰਜਾਬ ਦੀ ਜਨਤਾ ਮਾਨ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਹੈ, ਇਸੇ ਕਰਕੇ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਝੋਲੀ ਪੈਣੀਆਂ। ਬਾਈ ਜੀ, ਮਾਨ ਸਰਕਾਰ ਵੱਲੋਂ ਕੀਤੇ ਪੰਜਾਬ ਦੇ ਵਿੱਚ ਕੰਮਾਂ ਨੂੰ ਲੋਕ ਪਸੰਦ ਕਰਦੇ ਹੈ, ਘਰ ਘਰ ਜਿਹੜੀ ਨੌਕਰੀ ਦੇਣ ਦਾ ਵਾਅਦਾ ਸਰਕਾਰ ਨੇ ਕੀਤਾ, 40-45,000 ਦੇ ਕਰੀਬ ਨੌਕਰੀਆਂ ਜਿਹੜੀਆਂ ਉਹ ਲੋਕਾਂ ਨੂੰ ਰਿਸ਼ਵਤ ਤੋਂ ਬਗੈਰ ਮਿਲੀਆਂ। ਮੈਂ ਇਹ ਕਹਿ ਸਕਦਾ ਵੀ ਮੇਰੇ ਸ਼ਹਿਰ ਦੇ ਵਿੱਚ, ਮੇਰੇ ਕੰਧ ਸਾਂਝੀ ਹੈ, ਮੁੰਡੇ ਨੂੰ 5 ਨੌਕਰੀਆਂ ਮਿਲੀਆਂ 2 ਮਹੀਨਿਆਂ ਦੇ ਵਿੱਚ। 15 ਸਾਲਾਂ ਦੀ ਪਿਛਲੀਆਂ ਸਰਕਾਰਾਂ
ਤੋਂ ਨਹੀਂ ਕੰਮ ਹੋਇਆ, ਤੁਹਾਨੂੰ ਲੱਗਦਾ ਵੀ 2 ਸਾਲਾਂ 'ਚ ਇਹ ਸਰਕਾਰ? ਬਿਲਕੁਲ, ਜਿਹੜਾ 15 ਸਾਲਾਂ ਦੇ ਵਿੱਚ ਸਰਕਾਰਾਂ ਨੇ ਲਾਰੇ ਦੇ ਵਿੱਚ ਰੱਖਿਆ ਕੰਮ ਨਹੀਂ ਕੀਤੇ, ਅਤੇ ਮਾਨ ਸਾਹਿਬ ਨੇ 600 ਯੂਨਿਟ ਜਿਹੜੀ ਬਿਜਲੀ ਫਰੀ ਦਿੱਤੀ ਹੈ, ਉਹਦੇ ਵਿੱਚ ਪਹਿਲੀ ਸਰਕਾਰ ਹੈ ਜਿਹਨੇ ਜਨਰਲ ਵਰਗ ਨੂੰ ਵੀ ਨਾਲ ਰੱਖਿਆ, ਅਤੇ ਜਨਰਲ ਵਰਗ ਵੀ 90% ਲੋਕ ਬਿਜਲੀ ਦਾ ਲਾਹਾ ਲੈ ਰਹੇ ਹੈ। ਹਾਂਜੀ, ਤੁਸੀਂ ਰੋਡ ਸ਼ੋਅ 'ਚ ਆਏ ਹੋ, ਕਿਵੇਂ ਦੇਖਦੇ ਹੋ? ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਸੀਐਮ ਸਾਹਿਬ ਸਾਡੇ ਵਿੱਚ ਆਉਣਗੇ ਅਤੇ ਸਾਡੇ ਨਾਲ ਮਤਲਬ ਕਿ ਆਪਣੇ ਦਿਲ ਦੀਆਂ ਗੱਲਾਂ ਕਰਨਗੇ ਅਤੇ ਸਾਡੀਆਂ ਵੀ ਸੁਣਨਗੇ। ਤੁਸੀਂ ਕੀ ਉਮੀਦਾਂ ਲਾਈ ਹੋਏ ਪੰਜਾਬ ਸਰਕਾਰ 'ਤੇ? ਸਾਨੂੰ ਬਹੁਤ ਹੀ ਮਤਲਬ ਕਿ ਹੁਣ ਤਾਂ 2 ਸਾਲਾਂ ਦੇ ਸਮੇਂ ਦੇ ਵਿੱਚ ਅਸੀਂ ਨੌਕਰੀਆਂ ਦੇਖੀਆਂ ਹੈਗੀਆਂ, ਮਾਨ ਸਾਹਿਬ ਨੇ ਨੌਕਰੀਆਂ ਦਿੱਤੀਆਂ, ਮੁਹੱਲਾ ਕਲੀਨਿਕ ਬਣਾਏ ਆ, ਅਤੇ ਕਿਨ ਲੈਂਦੇ ਹੈਗੇ ਬਹੁਤ ਹੀ ਮਤਲਬ ਹੋਰ ਵੀ ਬਹੁਤ ਵਧੀਆ ਵਧੀਆ ਕੰਮ ਕੀਤੇ ਗਏ ਹੈਗੇ। ਸਾਰੇ ਪੰਜਾਬ ਦੇ ਵਿੱਚ ਇਕੱਲੀ ਆਮ ਆਦਮੀ ਪਾਰਟੀ ਹੈ ਜਿਸ ਦੀਆਂ ਨੀਤੀਆਂ ਨੂੰ ਲੋਕਾਂ ਨੇ ਪਛਾਣਨਾ ਅਤੇ ਪਸੰਦ ਕਰਨਾ ਸ਼ੁਰੂ ਕਰਤਾ, ਔਰ ਜਿੱਥੇ ਵੀ ਭਗਵੰਤ ਮਾਨ ਸਾਹਿਬ ਸਾਡੀ ਆਮ ਆਦਮੀ ਪਾਰਟੀ ਦੀ ਸਟੇਟ ਲੀਡਰਸ਼ਿਪ ਜਾਂਦੀ ਹੈ, ਸਾਰੇ ਪੰਜਾਬੀਆਂ ਵੱਲੋਂ ਭਰਮਾ ਸਵਾਗਤ ਪਿਆਰ ਸਤਿਕਾਰ ਜਿਹੜਾ ਹੈਗਾ ਉਹ ਮਿਲ ਰਿਹਾ। ਹਾਲੇ ਕਿ ਸਾਡੀ ਸਰਕਾਰ ਦੇ 3 ਸਾਲ ਬਾਕੀ ਪਏ ਆ, ਸਿਰਫ 2 ਸਾਲਾਂ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਭਰਪੂਰ ਖੁਸ਼ ਹੈ, ਔਰ ਉਹਨਾਂ ਨੇ ਇਹ ਗੱਲ ਮਹਿਸੂਸ ਕਰ ਲਈ ਕਿ ਪਿਛਲੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਤੋਂ ਬਿਨਾਂ, ਪੰਜਾਬ ਨੂੰ ਬਰਬਾਦ ਕਰਨ ਤੋਂ ਬਿਨਾਂ, ਆਪਦਾ ਪਰਿਵਾਰ ਪਾਲਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕੀਤਾ। ਸੋ ਸੈਂਕੜੇ ਜਿਹੜੇ ਪੰਜਾਬ ਦੇ ਪੱਖ ਦੇ ਵਿੱਚ ਫੈਸਲੇ ਹੋਏ ਨੇ ਜੋ ਮਾਨ ਸਾਹਿਬ ਨੇ ਕੀਤੇ ਨੇ, ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ, ਚਾਹੇ ਉਹ 600 ਯੂਨਿਟ ਬਿਜਲੀ ਦੀ ਗੱਲ ਹੋਵੇ, ਚਾਹੇ ਉਹ ਥਰਮਲ ਪਲਾਂਟ ਖਰੀਦਣ ਦੀ ਗੱਲ ਹੋਵੇ, ਚਾਹੇ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਹੋਵੇ, ਚਾਹੇ ਝੂਠੇ ਪਰਚਿਆਂ ਦੀ ਰਾਜਨੀਤੀ ਬੰਦ ਕਰਨ ਦੀ ਗੱਲ ਹੋਵੇ, ਚਾਹੇ 2 ਨਹਿਰਾਂ ਦੀ ਗੱਲ ਹੋਵੇ, ਚਾਹੇ ਸੜਕ ਸੁਰੱਖਿਆ ਫੋਰਸ ਦੀ ਗੱਲ ਹੋਵੇ, ਚਾਹੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ MLA ਬਣਾਉਣ ਦੀ ਗੱਲ ਹੋਵੇ, ਸੋ ਇਹ ਫੈਸਲੇ ਪੰਜਾਬ ਦੀ ਧਰਤੀ 'ਤੇ ਪਹਿਲਾਂ ਨਹੀਂ ਹੋਏ। ਹੁਣ ਦੂਸਰੀ ਗੱਲ, ਜੇ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਤਾਂ ਉਹ ਸਾਰੇ ਪੰਜਾਬੀਆਂ ਲਈ ਆ, ਉਹ ਕਿਸੇ ਇਕੱਲੇ ਆਮ ਆਦਮੀ ਪਾਰਟੀ ਦੇ ਨਹੀਂ, ਉਹਦੇ ਵਿੱਚ ਕੋਈ ਕਿਸੇ ਕਾਂਗਰਸ ਦਾ ਐਕਸੀਡੈਂਟ ਵੀ ਹੋ ਸਕਦਾ, ਕਿਸੇ ਅਕਾਲੀ ਦਲ ਵਾਲੇ ਦਾ ਵੀ ਹੋ ਸਕਦਾ, ਕਿਸੇ ਆਮ ਨਾਗਰਿਕ ਦਾ ਵੀ ਹੋ ਸਕਦਾ। ਇਸੇ ਤਰ੍ਹਾਂ ਜਿਹੜੀ ਬਿਜਲੀ ਆ ਉਹ ਵੀ ਸਾਰੇ ਪੰਜਾਬੀਆਂ ਦੇ ਲਈ ਆ, ਇਸੇ ਤਰ੍ਹਾਂ ਨਹਿਰੀ ਪਾਣੀ ਆ ਉਹ ਵੀ ਸਾਰੇ ਪੰਜਾਬੀਆਂ ਦੇ ਲਈ ਆ। ਸੋ ਇਸ ਕਰਕੇ ਜਿਹੜੇ ਪੰਜਾਬ ਦੇ ਲੋਕ ਆ ਉਹ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਬਹੁਤ ਸਤਿਕਾਰ ਦੇ ਰਹੇ ਨੇ। ਜਿਵੇਂ ਮਾਨ ਸਾਹਿਬ ਨੇ ਕਿਹਾ ਵੀ ਇਸ ਵਾਰ ਪੰਜਾਬ ਬਣੇਗਾ, ਪੰਜਾਬ ਬਣੇਗਾ ਹੀਰੋ, ਇਸ ਵਾਰ 13-0। ਸੋ ਇਹ ਸੰਕੇਤ ਆਉਣੇ ਸ਼ੁਰੂ ਹੋ ਗਏ ਨੇ। ਦੂਸਰੀਆਂ ਪਾਰਟੀਆਂ ਦੇ ਚੰਗੇ ਲੋਕ, ਮਿਹਨਤੀ ਲੋਕ, ਉਹ ਧੜਾ ਧੜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਚਾਹੇ ਉਹ ਜਿਹੜਾ ਗੋਲਡੀ ਹੋਵੇ ਧੂਰੀ ਤੋਂ, ਚਾਹੇ ਜਸਵਿੰਦਰ ਚਹਿਲ ਹੋਵੇ, ਚਾਹੇ GK ਹੋਵੇ ਫਤਿਹਗੜ੍ਹ ਤੋਂ, ਸੋ ਚਾਹੇ ਪਵਨ ਕੁਮਾਰ ਟੀਨੂ ਹੋਵੇ, ਚਾਹੇ ਚੱਬੇਵਾਲ ਹੋਵੇ। ਸੋ ਅਸੀਂ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਚੰਗੇ ਲੋਕ ਹੈ, ਅਸੀਂ ਰਲ ਕੇ ਮਿਲ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ, ਪੰਜਾਬ ਨੂੰ ਵਧੀਆ ਬਣਾਉਣਾ। ਮਾਨ ਸਾਹਿਬ ਅੱਜ ਧੋਬੀ ਬਾਜ਼ਾਰ ਬਠਿੰਡੇ ਦੇ ਵਿੱਚ ਜਥੇਦਾਰ ਗੁਰਮੀਤ ਸਿੰਘ ਜੀ ਖੁੱਡੀਆਂ, ਜੋ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨ ਦੇ ਲਈ ਬਠਿੰਡਾ ਨਿਵਾਸੀਆਂ ਨੂੰ ਸੁਨੇਹਾ ਦੇਣ ਦੇ ਲਈ ਆ ਰਹੇ ਨੇ। ਸੋ ਬਹੁਤ ਵਧੀਆ ਹੰਗਾਰਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਅਤੇ ਉਹਨਾਂ ਦਾ ਮੈਸੇਜ ਸੁਣਨ ਦੇ ਲਈ ਜਾ ਰਹੇ ਨੇ। ਸੋ ਖੁੱਡੀਆਂ ਸਾਹਿਬ ਆਪ ਇੱਕ ਬਹੁਤ ਵੱਡੀ ਸ਼ਖਸੀਅਤ ਹੈ, ਬਹੁਤ ਵੱਡਾ ਨਾਂ ਹੈ, ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ, ਨਵੀਂ ਪਾਰਟੀ ਹੈ,
ਹੈ, ਨਵੀਂ ਸੋਚ ਹੈ। ਸੋ ਇਸ ਕਰਕੇ ਸਾਨੂੰ ਪੂਰਨ ਆਸ ਤੇ ਉਮੀਦ ਹੈ ਕਿ ਪੰਜਾਬੀ ਇਸ ਵਾਰ ਇਤਿਹਾਸ ਸਿਰਜਣਗੇ, ਜਿਹੜੀਆਂ 13 ਸੀਟਾਂ ਪੰਜਾਬ ਦੇ ਵਿੱਚ ਜਿੱਤਣ ਜਾ ਰਹੀਆਂ। ਜਿਹੜੀ ਸਭ ਤੋਂ ਵੱਡਾ ਪੰਜਾਬੀਆਂ ਦੀ ਲੁੱਟ ਹੋ ਰਹੀ ਸੀ ਟੂਲ ਪਲਾਜ਼ੇ ਨੂੰ ਲੈ ਕੇ, ਤੁਹਾਡੀ ਸਰਕਾਰ ਦੇ ਵਿੱਚ ਕਿੰਨੇ ਟੂਲ ਪਲਾਜ਼ੇ ਬੰਦ ਹੋਏ? 14 ਟੂਲ ਪਲਾਜ਼ੇ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਨੇ ਬੰਦ ਕੀਤੇ ਆ। ਔਰ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਆਉਣ ਵਾਲੇ 3 ਸਾਲ ਹੈ ਘੱਟੋ ਘੱਟ 30 ਹੋਰ ਟੋਲ ਪਲਾਜ਼ੇ ਜਿਹੜੇ ਹੈਗੇ ਆ ਉਹ ਬੰਦ ਹੋਣਗੇ। ਸਾਡੇ ਆਸੇ ਪਾਸੇ ਹੀ ਕਿੰਨੇ ਟੋਲ ਪਲਾਜ਼ੇ ਜਿਹੜੇ ਹੈਗੇ ਬੰਦ ਹੋਏ ਆ। ਸੋ ਦੂਸਰੀ ਸਭ ਤੋਂ ਵੱਡੀ ਗੱਲ, ਅਕਾਲੀ ਦਲ ਦੀ ਸਰਕਾਰ ਰਹੀ ਆ 10 ਸਾਲ, ਕਾਂਗਰਸ ਦੀ ਸਰਕਾਰ ਰਹੀ ਹੈ, ਇਹਨਾਂ ਨੇ ਇੱਕ ਵੀ ਟੋਲ ਪਲਾਜ਼ਾ ਬੰਦ ਕੀਤਾ ਹੋਵੇ? ਕਿਉਂ ਭੱਲਾ ਸਾਹਿਬ, ਕਿਉਂ ਨਹੀਂ ਬੰਦ? ਇਹਦਾ ਜਿਹੜਾ ਸਪਸ਼ਟ ਹੈ ਜਵਾਬ ਕਿ ਟੋਲ ਪਲਾਜ਼ਿਆਂ ਵਾਲੇ ਪੰਜਾਬੀਆਂ ਨੂੰ ਲੁੱਟਦੇ ਸੀ, ਰਾਹਗੀਰਾਂ ਨੂੰ ਲੁੱਟਦੇ ਸੀ, ਅਤੇ ਉਹਨਾਂ ਨੂੰ ਪਤਾ ਸੀ ਵੀ ਅੱਧੇ ਪੈਸੇ ਲੀਡਰ ਨਾਲ ਸਾਂਝੇ ਕਰ ਲੈਂਦੇ ਸੀ, ਅੱਧੇ ਆਪ ਲੈਂਦੇ ਸੀ। ਪਰ ਭਗਵੰਤ ਸਿੰਘ ਮਾਨ ਪੰਜਾਬ ਦਾ ਮਾਣਦਾਰ ਸਾਡਾ ਮੁੱਖ ਮੰਤਰੀ ਹੈ, ਉਹਨੇ ਸਾਂਝ ਪਾਉਣ ਦੀ ਬਜਾਏ ਟੋਲ ਪਲਾਜ਼ੇ ਬੰਦ ਕਰਾਏ ਆ, ਜਿਸ ਤੋਂ ਸਾਰੇ ਪੰਜਾਬੀ ਭਰਪੂਰ ਖੁਸ਼ ਹੈ। ਬਠਿੰਡਾ ਸੀਟ ਤੋਂ ਬੀਬੀ ਹਰਸਿਮਰਤ ਕੌਰ 15 ਸਾਲਾਂ ਤੋਂ MP ਰਹਿੰਦੇ ਨੇ, ਜਿਹੜੇ ਹਿਸਾਬ ਨਾਲ ਵਾਅਦਾ ਕਰਦੇ ਨੇ ਪੰਜਾਬ ਬਠਿੰਡੇ ਦੇ ਲੋਕਾਂ ਨਾਲ ਵੀ ਅਸੀਂ ਇਵੇਂ ਜਿਹਾ ਹੋਸਪਿਟਲ ਲੈ ਕੇ ਆਉਂਦਾ, ਸਿਰਫ ਇਹ ਵੋਟਾਂ ਸਟੰਟ ਖੇਡ ਰਹੇ ਨੇ। ਬੇਨਤੀ ਹੈ ਵੀ BJP ਵਾਲੇ ਕਹਿੰਦੇ ਏਮ ਅਸੀਂ ਲੈ ਕੇ ਆਏ ਹਾਂ, ਇਹ ਕਹਿੰਦੇ ਏਮ ਅਸੀਂ ਲੈ ਕੇ ਆਏ। ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇਸ਼ ਦਾ ਅੰਨ ਭਰਨ ਵਾਲਾ ਸੂਬਾ ਹੈ, 46% ਅਸੀਂ ਜਿਹੜਾ ਚੌਲ ਹੈ ਉਹ ਦੇਸ਼ ਨੂੰ ਦਿੰਦੇ ਹਾਂ, 23% ਕਣਕ ਅਸੀਂ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਪੰਜਾਬ ਦਿੰਦਾ ਹੈ, ਟੈਕਸ ਅਸੀਂ ਦਿੰਦੇ ਹਾਂ, GST ਅਸੀਂ ਦਿੰਦੇ ਹਾਂ। ਇਸ ਕਰਕੇ ਕਿਸੇ ਸਟੇਟ ਦੇ ਵਿੱਚ ਸਕੂਲ, ਕਾਲਜ, ਯੂਨੀਵਰਸਿਟੀਆਂ, ਹਸਪਤਾਲ ਖੋਲ੍ਹਣੇ ਸਰਕਾਰਾਂ ਦੀ ਡਿਊਟੀ ਬਣਦੀ ਹੈ। ਇਸ ਕਰਕੇ ਇਹ ਰੂਟੀਨ ਵਰਕ ਸੀ ਕੇਂਦਰ ਸਰਕਾਰ ਦਾ, ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਏਮ ਹੈ, ਹਰਿਆਣੇ ਦੇ ਵਿੱਚ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਏਮ ਬਣਨਾ ਸੁਭਾਵਿਕ ਸੀਗਾ। ਹਮੇਸ਼ਾ ਬੀਬੀ ਹਰਸਿਮਰਤ ਕੌਰ ਕੇਂਦਰ ਦੇ ਵਿੱਚ ਮੰਤਰੀ ਵੀ ਰਹੇ ਨੇ, ਜੋ ਕਿਸਾਨਾਂ ਦੇ ਬਿੱਲ ਬਣੇ ਨੇ ਭਾਈਵਾਲ ਸੀ ਉੱਥੇ, ਹੁਣ ਕਿਉਂ ਨਹੀਂ ਲੋਕਾਂ ਦੇ ਸਾਹਮਣੇ ਸਪਸ਼ਟ ਕਰ? ਸਭ ਤੋਂ ਵੱਡੀ ਗੱਲ, 15 ਸਾਲ ਕਿਸੇ ਲੀਡਰ ਦਾ MP ਰਹਿਣਾ ਅਤੇ ਨਾਲ ਫੂਡ ਪ੍ਰੋਸੈਸਿੰਗ ਮੰਤਰੀ ਰਹਿਣਾ, ਇਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਸੋ ਉਹ ਦੱਸਣ ਵੀ ਫੂਡ ਪ੍ਰੋਸੈਸਿੰਗ ਮੰਤਰੀ ਦੇ ਤੌਰ 'ਤੇ ਉਹਨਾਂ ਨੇ ਬਠਿੰਡੇ ਦੇ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ ਕੀ ਕੀਤਾ? ਉਹਦੇ ਵਿੱਚ ਉਹਨਾਂ ਨੂੰ ਬਿਲਕੁਲ 0 ਨੰਬਰ ਆਉਂਦਾ ਹੈ, ਕੁਛ ਵੀ ਨਹੀਂ ਕੀਤਾ ਦੇਸ਼ ਵਾਸਤੇ, ਪੰਜਾਬ ਵਾਸਤੇ, ਮਾਲਵਾ ਵਾਸਤੇ। ਸੋ ਇਸ ਕਰਕੇ ਉਹ ਆਪਦੀ MP ਦੀ ਜਿਹੜੀ ਡਿਊਟੀ ਸੀ, ਇੱਕ ਕੇਂਦਰੀ ਮੰਤਰੀ ਦੀ ਡਿਊਟੀ ਸੀ, ਉਹ ਬਣਦੀ ਨਿਭਾਉਣ ਦੇ ਵਿੱਚ ਬੇਹੱਦ ਫੇਲ ਸਾਬਤ ਹੋਇਆ। ਮੁਕਾਬਲਾ ਕਿਹਦੇ ਨਾਲ ਮੰਨਦੇ ਭਲਾ? ਮੁਕਾਬਲਾ ਮੈਨੂੰ ਇਸ ਤਰ੍ਹਾਂ ਲੱਗਦਾ, ਕਿਉਂਕਿ 3 ਉਮੀਦਵਾਰ ਅਕਾਲੀ ਦਲ ਦੇ ਹੀ ਹੈ, ਜੀਤ ਮਹਿੰਦਰ ਵੀ ਅਕਾਲੀ ਦਲ ਦਾ, ਪਰਮਪਾ ਕੋ ਮਲੂਕਾ ਵੀ ਅਕਾਲੀ ਦਲ ਦੀ ਹੈ। ਸੋ ਇਸ ਕਰਕੇ ਅਸੀਂ ਮੁਕਾਬਲਾ ਕਿਸੇ ਨਾਲ ਨਹੀਂ ਮੰਨਦੇ। ਖੁੱਡੀਆ ਸਾਹਿਬ ਨੂੰ ਬਹੁਤ ਭਰਮਾ ਪਿਆਰ, ਬਹੁਤ ਭਰਮਾ ਸਤਿਕਾਰ। ਜਿੱਥੇ ਆਮ ਆਦਮੀ ਪਾਰਟੀ ਮਾਲ ਬਠਿੰਡੇ ਦੇ ਵਿੱਚ ਬਹੁਤ ਮਜ਼ਬੂਤ ਹੈ, ਉੱਥੇ ਖੁੱਡੀਆ ਸਾਹਿਬ ਦੀ ਆਪਦੀ ਸ਼ਖਸੀਅਤ ਹੈ, ਉਹਨਾਂ ਦਾ ਆਪਦਾ ਵੀ ਇੱਥੇ ਵੱਖਰਾ ਲੋਕਾਂ ਦੇ ਵਿੱਚ ਔਰਾ ਹੈ। ਇਸ ਕਰਕੇ ਜਿਹੜਾ ਜਗਦੀਪ ਸਿੰਘ ਖੁੱਡੀਆ ਸਾਹਿਬ ਹੈ, ਉਹ ਵੱਡੀ ਲੀਡ ਦੇ ਨਾਲ ਬਠਿੰਡਾ ਤੋਂ ਜਿੱਤਣ ਜਾ ਰਹੇ ਆ। ਭੱਲਾ ਸਾਹਿਬ, ਗੁਰਮੀਤ ਸਿੰਘ ਖੁੱਡੀਆ ਬੜੇ ਇਮਾਨਦਾਰ ਪਰਿਵਾਰ 'ਚੋਂ ਮੰਨੇ ਜਾਂਦੇ, ਕੀ ਕਹਿਣਾ ਚਾਹੂੰਗਾ? ਬਹੁਤ ਵਧੀਆ ਗੱਲ ਹੈ ਜੀ, ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਉਹ ਹੈ ਹੀ ਇਮਾਨਦਾਰ। ਕਿਹੜਾ ਸੂਬੇ ਦਾ ਮੁੱਖ ਮੰਤਰੀ ਹੈ ਜਿਹੜਾ ਬਾਂਹ ਖੜੀ ਕਰਕੇ ਕਹਿੰਦਾ ਉਹ ਮੇਰੇ 'ਤੇ ਇੱਕ ਰੁਪਈਏ ਦਾ ਇਲਜ਼ਾਮ ਲੱਗਿਆ, ਮੈਂ ਸਿਆਸਤ ਛੱਡ ਦੂੰ, ਮੇਰੇ ਵਾਸਤੇ ਜਿਹੜਾ ਰਿਸ਼ਵਤ ਦਾ ਪੈਸਾ ਉਹ ਸਲਫਾਸ ਦੇ ਬਰਾਬਰ ਹੈ। ਸੋ ਇਸ ਕਰਕੇ ਇਮਾਨਦਾਰ ਮੁੱਖ ਮੰਤਰੀ ਹੈ ਅਤੇ ਇਮਾਨਦਾਰ ਲੋਕਾਂ ਦੀ ਉਸ ਦੇ ਨਾਲ ਸਾਰੀ ਸਾਡੀ ਟੀਮ ਹੈ। ਜਿਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਕਿ
ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਭਰਮਾ ਹੁੰਗਾਰਾ ਮਿਲਿਆ ਮੌਕਾ? ਬਿਲਕੁਲ ਬਿਲਕੁਲ, ਕਿਉਂਕਿ ਚੋਣ ਮੁਹਿੰਮ ਦੇ ਵਿੱਚ ਲੋਕਾਂ ਦੇ ਵਿੱਚ ਜਾਣਾ ਹਰ ਰਾਜਨੀਤਿਕ ਪਾਰਟੀ ਦੀ ਡਿਊਟੀ ਹੈ। ਇਸ ਕਰਕੇ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕਾਂ ਨੂੰ ਬੇਨਤੀ ਕਰਨ ਦੇ ਲਈ ਸਿਰ ਝੁਕਾ ਕੇ ਅੱਜ ਅਸੀਂ ਹਾਜ਼ਰ ਹੋਏ ਲੋਕਾਂ ਦੀ ਕਚਹਿਰੀ ਦੇ ਵਿੱਚ। ਅੱਜ ਰੋਡ ਮੈਪ ਕੀ ਰਹੂ ਮੁੱਖ ਮੰਤਰੀ ਸਾਹਿਬ ਦਾ? ਉਹ ਲੋਕਾਂ ਇੱਥੋਂ ਆਉਣ ਤੋਂ ਬੀਬੀਆਰ ਦੇ ਵਿੱਚੋਂ ਅੱਗੇ ਮਾਂ ਰੋਡ 'ਤੇ ਜਾਣਾ ਜੀ, ਤਕਰੀਬਨ 1 ਕਿਲੋਮੀਟਰ ਦਾ ਰੋਡ ਸ਼ੋਅ ਹੈ। ਸੋ ਸਾਰੇ ਅਸੀਂ ਇਸ ਦੀਆਂ ਪ੍ਰਵਾਨਗੀਆਂ ਲੈ ਕੇ ਚੋਣ ਕਮਿਸ਼ਨ ਤੋਂ ਅਸੀਂ ਮਰਿਆਦਾ ਦੇ ਵਿੱਚ ਰਹਿ ਕੇ ਇਹ ਜਿਹੜਾ ਰੋਡ ਸ਼ੋਅ ਹੈ ਉਸ ਨੂੰ ਪੂਰਾ ਕਰਾਂਗੇ। ਇਹ ਸਨ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਰਦਾਰ ਜਗਨਿੰਦਰ ਸਿੰਘ ਪੱਲਾ, ਜਿਨ੍ਹਾਂ ਨੇ ਦੱਸਿਆ ਸਰਦਾਰ ਗੁਰਮੀਤ ਸਿੰਘ ਭੁੱਲਾ ਦੇ ਰੋਡ ਸ਼ੋਅ ਨੂੰ ਮੁੱਖ ਮੰਤਰੀ ਦੇ ਪ੍ਰਚਾਰ ਨਾਲ ਹੰਗਾਰਾ ਮਿਲੇਗਾ। ਬਠਿੰਡਾ ਤੋਂ ਜਗਸੀਰ ਭੁੱਲ ਚੜ੍ਹਦੀ ਕਲਾ ਟੀਵੀ। ਮੈਡਮ ਕਿਵੇਂ ਦੇਖ ਰਹੇ ਤੁਸੀਂ ਰੋਡ ਸ਼ੋਅ ਕਰ ਰਹੇ ਨੇ? ਸੀਐਮ ਸਾਹਿਬ ਸਾਡੇ ਇੱਥੇ ਬਠਿੰਡਾ ਲੋਕ ਸਭਾ 'ਤੇ ਆ ਰਹੇ ਨੇ। ਪਹਿਲਾਂ ਤਾਂ ਅਸੀਂ ਉਹਨਾਂ ਦਾ ਦੇਖੋ ਸਵਾਗਤ ਕਰਦੇ ਹਾਂ, ਔਰ ਬਹੁਤ ਸੋਹਣੀ ਗੱਲ ਹੈ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ। ਅਤੇ ਜਿਵੇਂ ਪਹਿਲਾਂ 22 'ਚ ਲੋਕਾਂ ਨੇ ਸਰਕਾਰ ਬਣਾਈ, ਉਸੇ ਤਰੀਕੇ ਦੇ ਨਾਲ ਦੱਬ ਕੇ ਜਿਹੜਾ 13-0 ਦਾ ਮਾਹੌਲ ਪੂਰੇ ਪੰਜਾਬ 'ਚ ਬਣਿਆ ਹੋਇਆ, ਔਰ ਖਾਸ ਕਰਕੇ ਬਠਿੰਡਾ ਲੋਕ ਸਭਾ 'ਤੇ ਜਿਹੜਾ ਐਤਕੀ ਬਿਲਕੁਲ ਕਲੀਅਰ ਕੱਟ ਇੱਕ ਤਰਫਾ ਫੈਸਲਾ ਹੋਣ ਜਾ ਰਿਹਾ, ਪੂਰੀ ਦੀ ਪੂਰੀ ਪਬਲਿਕ ਆਮ ਆਦਮੀ ਪਾਰਟੀ ਦੇ ਹੱਕ 'ਚ ਝਾੜੂ ਦੇ ਹੱਕ ਦੇ ਵਿੱਚ ਭੁਗਤਣ ਜਾ ਰਹੀ ਹੈ। ਜਿਹੜੇ ਹਿਸਾਬ ਨਾਲ ਧਨਾਟ ਨਾਲ ਮੁਕਾਬਲਾ ਗੁਰਮੀਤ ਸਿੰਘ ਕੁੜੀਆਂ ਦਾ ਕਿਵੇਂ ਦੇਖੋ? ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ, ਕਿਉਂਕਿ ਧਨਾਟਾਂ ਨਾਲ ਮੁਕਾਬਲਾ ਜਾਂ ਫਿਰ ਮੁਕਾਬਲਾ ਕਿਹਦੇ ਨਾਲ ਬਣਾਉਣਾ, ਇਹ ਤਾਂ ਲੋਕ ਤੈਅ ਕਰਦੇ ਆ ਅਤੇ ਪਬਲਿਕ ਤੈਅ ਕਰਦੀ ਹੈ। ਅਤੇ ਪਬਲਿਕ ਨੇ ਆਪਦਾ ਫੈਸਲਾ ਕੱਲ੍ਹ ਇੱਕ ਬਹੁਤ ਵੱਡੀ ਰੈਲੀ ਸੀ, ਬਹੁਤ ਵੱਡਾ ਇਕੱਠ ਸੀ ਸਰਦੂਲਗੜ੍ਹ 'ਤੇ, ਅੱਜ ਤੁਸੀਂ ਰੋਡ ਸ਼ੋਅ 'ਚ ਦੇਖ ਲਓਗੇ ਪਬਲਿਕ ਨੇ ਆਪਦਾ ਫੈਸਲਾ ਸੁਣਾ ਦਿੱਤਾ ਆ। ਪਬਲਿਕ ਦਾ ਫੈਸਲਾ ਕਿ ਇਸ ਵਾਰੀ ਜੇ ਜਿੱਤੂਗਾ ਤਾਂ ਆਮ ਆਦਮੀ ਪਾਰਟੀ ਜਿੱਤੂ, ਝਾੜੂ ਜਿੱਤੂ। ਇਹ ਸਨ ਪ੍ਰੋਫੈਸਰ ਬਲਜਿੰਦਰ ਕੌਰ, ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਅਤੇ ਸੀਐਮ ਮਾਨ ਰੋਡ ਸ਼ੋਅ ਕਰ ਰਹੇ ਨੇ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਜੀ, ਕੱਲ੍ਹ ਤੁਹਾਡੇ ਹਲਕੇ ਦੇ ਵਿੱਚ ਰੈਲੀ ਸੀ, ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਦਾ ਉਤਸ਼ਾਹ ਸੀਗਾ ਲੋਕਾਂ ਦੇ ਸਾਹਮਣੇ ਆ। ਦੇਰ ਰਾਤ ਤੱਕ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਜਿੰਨਾ ਚਿਰ ਲਾਸਟ ਸ਼ਬਦ ਨਹੀਂ ਕਿਹਾ, ਇੱਕ ਵੀ ਸਾਡਾ ਵਲੰਟੀਅਰ ਜਾਂ ਵਰਕਰ ਉੱਥੋਂ ਹਿੱਲਿਆ ਨਹੀਂ। ਉੱਥੋਂ ਪਤਾ ਲੱਗਦਾ ਕਿ ਲੋਕਾਂ ਦੇ ਮਨ ਦੇ ਵਿੱਚ ਕਿੰਨਾ ਮੁੱਖ ਮੰਤਰੀ ਸਾਹਿਬ ਨੂੰ ਚੁਣਨ ਦਾ ਚਾਅ ਅਤੇ ਕਿੰਨਾ ਪਾਰਟੀ ਦਾ ਪਿਆਰ ਆ। ਜਿਹੜੇ ਹਿਸਾਬ ਨਾਲ ਅੱਜ ਮੁੱਖ ਮੰਤਰੀ ਸਾਹਿਬ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਹੰਗਾਰਾ, ਦੇਖੋ ਮੁੱਖ ਮੰਤਰੀ ਸਾਹਿਬ ਜਿੱਥੇ ਵੀ ਪੰਜਾਬ ਦੇ ਵਿੱਚ ਜਾ ਰਹੇ ਆ, ਲੋਕ ਆਪ ਮਹਾਰੇ ਬਾਹਰ ਆ ਰਹੇ ਆ। ਦੂਜਾ ਪਹਿਲੀ ਵਾਰੀ ਹੋ ਰਿਹਾ ਕਿ ਅਸੀਂ ਸਿਰਫ 2 ਸਾਲ ਦੀ ਕਾਰਗੁਜ਼ਾਰੀ ਦੇ ਵੋਟਾਂ ਮੰਗ ਰਹੇ ਹਾਂ, ਨਾ ਧਰਮ ਦੇ ਨਾਂ 'ਤੇ, ਨਾ ਜਾਤ ਦੇ ਨਾਂ 'ਤੇ, ਨਾ ਕਿਸੇ ਨੂੰ ਕ੍ਰਿਟੀਸਿਜ਼ਮ ਕਰਕੇ। ਅਸੀਂ ਕਹਿੰਦੇ ਸਾਡੇ 2 ਸਾਲ ਵੇਖੋ, ਉਹਨਾਂ ਦੇ 70 ਸਾਲ ਆ, ਸਾਡੇ 2 ਸਾਲਾਂ ਦੇ ਕੰਮਾਂ ਦੇ ਇਕੱਲੇ ਵਿਕਾਸ 'ਤੇ ਵੋਟ ਮੰਗ ਰਹੇ ਹਾਂ। ਦੂਜਿਆਂ ਦੇ ਤੁਹਾਨੂੰ ਪਤਾ ਧਰਮ ਜਾਤੀ ਵੱਖ ਵੱਖਰੇ, ਕਦੇ ਮੰਗਲ ਸੂਤਰ ਦੇ ਨਾਂ 'ਤੇ, ਕਦੇ ਗਊ ਦੇ ਨਾਂ 'ਤੇ, ਪਰ ਸਾਡਾ ਇੱਕੋ ਏਜੰਡਾ, ਭਾਈਚਾਰਾ ਬਣਾ ਕੇ ਰੱਖੋ ਵਿਕਾਸ ਦੇ ਨਾਂ 'ਤੇ। ਮੇਨ ਏਜੰਡਾ ਕੀ ਆਮ ਆਦਮੀ ਪਾਰਟੀ ਦਾ ਨੌਜਵਾਨ? ਦੇਖੋ ਤੁਸੀਂ ਆਪ ਹੀ ਵੇਖੋਗੇ, ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀਗੀਆਂ, ਕਿੰਨਾ ਹਜ਼ਾਰਾਂ ਬੱਚਿਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਹਿੱਸਾ ਲਿਆ। ਪਹਿਲੀ ਵਾਰੀ ਹੋਇਆ ਕਿ ਓਲੰਪਿਕ ਦੇ ਵਿੱਚ ਮੈਡਲ ਲੈ ਕੇ ਆਉਣ ਵਾਲਿਆਂ ਨੂੰ PPS ਅਤੇ PCS ਦੀਆਂ ਨੌਕਰੀਆਂ ਦਿੱਤੀਆਂ। ਪਹਿਲੀ ਵਾਰੀ ਹੋਇਆ ਕਿ ਅਸੀਂ ਜਿਹੜੇ ਟ੍ਰੇਨਿੰਗ ਕਰਨ ਵਾਲੇ ਸੀਗੇ ਏਸ਼ੀਆ ਗੇਮਾਂ ਦੇ ਵਿੱਚ ਗਏ ਖਿਡਾਰੀ, ਉਹਨਾਂ ਨੂੰ 8-8 ਲੱਖ ਰੁਪਇਆ ਤਿਆਰੀ ਵਾਸਤੇ ਦਿੱਤਾ, ਜਿੱਤ ਕੇ ਆਉਣ ਤੋਂ ਬਾਅਦ 1 ਕਰੋੜ ਰੁਪਇਆ ਉਹਨਾਂ ਨੂੰ ਇਨਾਮ ਦਿੱਤਾ। ਜਿਹੜੇ ਹੁਣ ਓਲੰਪਿਕ ਵਾਸਤੇ ਜਾ ਰਹੇ ਆ ਉਹਨਾਂ ਨੂੰ ਵੀ ਅਸੀਂ 1 ਲੱਖ ਰੁਪਇਆ ਤਿਆਰੀ ਵਾਸਤੇ ਦੇ ਰਹੇ ਹਾਂ। ਜਦੋਂ ਬੰਦਾ ਮੈਡਲ ਲੈ ਕੇ ਖਿਡਾਰੀ ਆ ਜਾਂਦਾ ਉਦੋਂ ਦਾ ਸੁਪਰ ਸਟਾਰ ਬਣ ਜਾਂਦਾ, ਜਿਹੜੀ ਉਹਦੀ ਪਹਿਲਾਂ ਤਿਆਰੀ ਕਰਾਉਣੀ ਆ। ਹੁਣ ਖੇਡ ਨਰਸਰੀਆਂ ਖੁੱਲੀਆਂ ਜਾ ਰਹੀਆਂ, ਜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਤਾਂ ਗਰਾਊਂਡ 'ਚ ਲੈ ਕੇ ਜਾਣਾ ਪਊ। ਜਿਹੜੇ ਸਾਹਿਬ ਨਾਲ ਮਿਲੇ ਸਭ ਤੁਹਾਡੇ ਏਰੀਏ ਦੀ ਘੱਗਰ ਦੀ ਸਮੱਸਿਆ ਸਭ ਤੋਂ ਵੱਡੀ ਸੀ, ਹੁਣ ਕੋਈ ਸੁਧਾਰ ਹੋਇਆ? ਦੇਖੋ ਸਾਡੇ ਏਰੀਆ 'ਚ ਪਿਛਲੇ ਸਾਲ ਤੁਸੀਂ ਵੇਖਿਆ ਹੋਣਾ ਘੱਗਰ ਆਇਆ ਸੀਗਾ। ਘੱਗਰ ਆਉਣ ਦਾ ਕਾਰਨ ਵੀ ਸੀਗਾ ਕਿ ਜਿੱਥੇ ਪੱਥਰ ਲਾਉਣਾ ਗਾ ਪੱਥਰ ਨਹੀਂ ਲਾਇਆ, ਚੈਨਲਾਈਜ਼ ਕਰਨੀ ਨਹੀਂ ਕਰੀ, ਸਗੋਂ ਐਤਕੀ ਜਿੱਥੇ ਸਾਨੂੰ ਪਿਛਲੇ 'ਚ ਲੱਗਿਆ ਕਿ ਇੱਥੇ ਸਾਡੇ ਇੱਥੇ ਚੈਨਲਾਈਜ਼ ਕਰਨ ਵਾਲੀ ਹੈਗੀ ਸਾਡੀ, ਇੱਥੇ ਦੀ ਹਾਰਡਰ ਲਾਉਣ ਵਾਲੀ ਆ,
ਇੱਥੇ ਆ ਪੁਲ ਹੈਗਾ ਛੋਟਾ ਇਹਨੂੰ ਉੱਚਾ ਚੱਕਣ ਵਾਲਾ, ਜਿਹੜੀਆਂ ਉਹਦੀਆਂ ਸਾਰੀਆਂ ਸਕੀਮਾਂ ਨੇ ਉਹਦੇ 'ਚੋਂ 50% ਕੰਮ ਹੋ ਚੁੱਕੇ ਆ। ਆਹ ਹੁਣ ਕੋਡ ਲੱਗਣ ਕਰਕੇ ਸਾਡੇ ਕੰਮ ਰੁਕ ਗਏ। ਜਿਹੜੀ ਘੱਗਰ ਦੀ ਸਮੱਸਿਆ ਉਹਦਾ ਅਸੀਂ ਪੱਕਾ ਹੱਲ ਕਰਾਂਗੇ। ਸਰਦੂਲਗੜ੍ਹ 'ਚੋਂ ਇਹ ਨਹੀਂ ਹੋਊਗਾ ਕਿ ਆਏ ਵਾਰੀ ਘੱਗਰ ਦੇ ਨਾਂ 'ਤੇ ਵੋਟਾਂ ਲਈਆਂ ਜਾਣਗੀਆਂ। ਨਵੇਂ ਪ੍ਰੋਜੈਕਟ ਕਿਹੜੇ ਕਿਹੜੇ ਆਏ ਆ 2 ਸਾਲਾਂ ਤੁਹਾਡੇ ਹਲਕੇ 'ਚ? ਮੇਰਾ ਟੇਲਾਂ 'ਤੇ ਪਾਣੀ ਪੈਂਦਾ, ਤੁਸੀਂ ਨਾਲ ਚੱਲੋ। ਮੈਂ ਤਾਂ ਬਾਜਵੇ 'ਤੇ ਉਹਨੂੰ ਕਹਿੰਦਾ, ਮੈਂ ਤਾਂ ਵਿਰੋਧੀ ਧਿਰ ਨੂੰ ਵਿਧਾਨ ਸਭਾ 'ਚ ਕਿਹਾ ਸੀ ਬਾਜਵੇ ਨੂੰ ਅਤੇ ਰਾਜੇ ਵੜਿੰਗ ਨੂੰ ਵੀ ਤੁਸੀਂ ਕਹਿੰਦੇ ਕੰਮ ਨਹੀਂ ਹੋਇਆ ਮੇਰੇ ਨਾਲ ਚੱਲੋ, ਜੇ ਮੰਨ ਗਏ ਤਾਂ ਮੈਂ ਤੁਸੀਂ ਹਾਰ ਮੰਨ ਲਈ, ਮੈਂ ਹਾਰ ਮੰਨ ਲੂ। ਮੇਰੇ ਤਾਂ ਟੇਲਾਂ 'ਤੇ ਪਾਣੀ ਕਿਸੇ ਨੇ ਦੇਖਿਆ ਨਹੀਂ ਸੀਗਾ। ਲੋਕ ਆਪ ਦੱਸਦੇ, ਕੱਲ੍ਹ ਦਾ ਇਕੱਠ ਦੱਸਦਾ ਸੀਗਾ ਕਿ ਪਾਣੀ ਬਾਰੀਆਂ ਹੀ ਭੁੱਲ ਗਏ ਸੀ ਲੋਕ। ਸੋ ਮੈਂ ਕਿਸੇ ਗੱਲ 'ਤੇ ਆ ਜਾਣ, ਸੜਕਾਂ 'ਤੇ ਆ ਜਾਣ, ਹਾਈਵੇ ਸੀ ਨੈਸ਼ਨਲ ਹਾਈਵੇ ਸਾਡਾ ਜਿਹੜਾ ਸਰਦੂਲਗੜ੍ਹ ਤੋਂ ਹਾਂਸਪੁਰ ਤੱਕ ਜਾਂਦਾ ਸੀ, ਫਤਿਹਾਬਾਦ ਤੱਕ। ਇੱਕ ਰੋੜੀ ਤੋਂ ਸਾਡੇ ਸੜਕ ਸਰਦੂਲੇ ਵਾਲੇ ਹਰ ਜਾਂਦੇ, ਨੈਸ਼ਨਲ ਹਾਈਵੇ ਸੀ। ਇਸ ਤੋਂ ਇਲਾਵਾ ਇੱਕ ਸਾਡੇ ਜਟਾਣਾ ਕਲਾਂ ਤੋਂ ਲੈ ਕੇ ਨਥੇ ਆ ਜਿਹੜਾ ਤਖ਼ਤ ਸਾਹਿਬ ਨੂੰ ਸੜਕ ਜੋੜਦੀ ਆ। ਮੈਂ ਤਾਂ ਪੰਜ, ਮੇਰੇ ਕਹਿਣ ਦਾ ਮਤਲਬ 2 ਸਾਲਾਂ ਦੇ ਵਿੱਚ ਆ ਜਾਣ, ਮੈਂ ਸਾਰੇ ਕੰਮ ਗਿਣਿਆ।